ਸਾਰੇ ਸ਼੍ਰੀ ਗੁਰੂ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀਆਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਜੀ ਕੇ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮ ਸੀ ਕਯੂ ਦਾ ਪਾਰਟ 13 ਕਰਨ ਜਾ ਰਹੇ ਹਾਂ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤਾਂ ਅਸੀਂ ਪੰਜਾਬ ਦੀ 1000 MCQ ਦੀ ਜੋ ਸੀਰੀਜ਼ ਸਟਾਰਟ ਕੀਤੀ ਹੈ ਉਸ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਇੰਪੋਰਟੈਂਟ ਟਾਪਿਕ ਬਣ ਸਕਦੇ ਆ ਉਹ ਸਾਰੇ ਕਵਰ ਕਰਨ ਵਾਲੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ 501 MCQ ਤੋਂ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਸ਼ੁਰੂ ਕੀਤੇ ਸੀਗੇ ਜੇਕਰ ਉਸ ਪੰਜਾਬੀ ਭਾਸ਼ਾ ਦੇ ਵਿੱਚੋਂ ਦੇਖੀਏ ਤਾਂ ਅਸੀਂ ਅੱਜ ਪਾਰਟ 2 ਕਰਨ ਜਾ ਰਹੇ ਆ ਵੈਸੇ ਸਾਡਾ ਪੰਜਾਬ ਜੀਕੇ ਦੇ ਨਾਲ ਰਿਲੇਟਡ ਇਹ ਹੈ ਪਾਰਟ 30 ਨਾ ਤੇ ਪਹਿਲੇ ਪਾਰਟ 12 ਦੇ ਵਿੱਚ ਅਸੀਂ ਪੰਜਾਬ ਦੇ ਨਾਲ ਰਿਲੇਟਡ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜੋ ਵੀ ਇੰਪੋਰਟੈਂਟ ਟਾਪਿਕ ਬੰਦੇ ਆ ਉਹ ਪੂਰੇ ਕੀਤੇ ਆ ਜਿਵੇਂ ਪੰਜਾਬ ਦੀ ਅਰਥਵਿਵਸਥਾ ਪੰਜਾਬ ਦੀ ਭੂਗੋਲਿਕ ਸਥਿਤੀ ਪੰਜਾਬ ਦੀ ਇਤਿਹਾਸਿਕ ਕਾਲ ਰੇਖਾ ਸਿੱਖ ਗੁਰੂਜ਼ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਭਾਰਤੀ ਸਾਹਿਤ ਅਕਾਦਮੀ ਅਤੇ ਪੁਰਸਕਾਰ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਅਸੀਂ 500 500 ਤੱਕ ਕੰਪਲੀਟ ਕਰ ਲਏ ਨੇ ਤੇ 501 ਤੋਂ ਹੁਣ ਸਾਡਾ ਪੰਜਾਬ ਦੇ ਪ੍ਰਮੁੱਖ ਨਾ ਪੰਜਾਬੀ ਭਾਸ਼ਾ ਦੇ ਨਾਲ ਰਿਲੇਟਡ ਜੋ एमसीक्यू ਆ ਉਹ ਸਟਾਰਟ ਹੋਏ ਨੇ ਤੇ ਇਸ ਦੇ ਨਾਲ ਹੀ ਅਸੀਂ 1000 ਤੱਕ ਸਾਰੇ ਹੀ ਤੁਹਾਡੇ ਪੰਜਾਬ ਦੇ ਨਾਲ ਰਿਲੇਟਡ ਜਿੰਨੇ ਵੀ ਟੌਪਿਕ ਬਣਦੇ ਨੇ ਉਹ ਸਾਰੇ ਕਵਰ ਕਰ ਲੈਣੇ ਨੇ ਤਾਂ 1000 एमसीक्यू ਦੇ ਵਿੱਚੋਂ ਪੰਜਾਬ ਜੀਕੇ ਦੇ ਵਿੱਚੋਂ ਤੁਹਾਨੂੰ ਕਦੇ ਵੀ ਕੁਝ ਵੀ ਬਾਹਰੋਂ ਨਹੀਂ ਆਵੇਗਾ ਕਿਉਂਕਿ ਪੂਰੇ ਦਾ ਪੂਰਾ ਨਿਚੋੜ ਅਸੀਂ ਇਸ ਵੀਡੀਓ ਦੇ ਵਿੱਚ ਲੈ ਕੇ ਆਈਆਂ ਤੇ ਤੁਹਾਡੇ ਸਾਰੇ ਦੇ ਸਾਰੇ ਸਬਜੈਕਟ ਜੋ ਪੰਜਾਬ ਜੀਕੇ ਦੇ ਵਿੱਚ ਪੁੱਛੇ ਜਾਂਦੇ ਆ ਪੰਜਾਬ ਜੀਕੇ ਦੇ ਟੌਪਿਕਸ ਦੇ ਨਾਲ ਰਿਲੇਟਡ ਨੇ ਉਹ ਅਸੀਂ ਇਸ 1000 ਕਿਉਂ ਵਾਲੀ ਸੀਰੀਜ਼ ਦੇ ਵਿੱਚ ਕਵਰ ਕਰਨ ਵਾਲੇ ਆ ਹਾਂਜੀ ਜਿਵੇਂ ਕਿ ਜਿਹੜੇ ਸਟੂਡੈਂਟ ਤਾਂ ਸਟਾਰਟਿੰਗ ਤੋਂ ਹੀ ਪਾਰਟਸ ਕਵਰ ਕਰ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੋਵੇਗਾ ਕਿ ਆਲਮੋਸਟ ਸਾਡੀ ਵਾਸਤੇ ਵੀਡੀਓ ਆ ਜਿਹੜੀਆਂ ਮਤਲਬ ਕਿ ਕਵਰ ਹੋ ਰਹੀਆਂ ਨੇ ਸਾਰੇ ਦੇ ਸਾਰੇ ਤੁਹਾਡੇ ਟਾਪਿਕਸ ਆ ਉਹ ਕਵਰ ਹੋ ਰਹੇ ਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਵੀਡੀਓ ਵੀ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਪੰਜਾਬ ਕੁਐਸਚਨ ਨੰਬਰ 1 ਸਾਡੀ ਅੱਜ ਦੀ ਇਸ ਵੀਡੀਓ ਦਾ ਹਾਂਜੀ ਜਦੋਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਜਦੋਂ ਵੀ ਕਥਨ ਦੀ ਗੱਲ ਆ ਜੇ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਕਿ ਕਥਨ ਸਹੀ ਵਾਰੇ ਪੁੱਛਿਆ ਗਿਆ ਜਾਂ ਗਲਤ ਵਾਰੇ ਪੁੱਛਿਆ ਗਿਆ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਤੁਸੀਂ ਟਿਕ ਕਰਨਾ ਪਰ ਅੱਜ ਦਾ ਜੋ ਇਹ ਕੁਐਸਚਨ ਬਿਲਕੁਲ ਨਵਾਂ ਐਡ ਕੀਤਾ ਹੈ ਮੈਂ ਇਹ ਇਸੇ ਤਰ੍ਹਾਂ ਐਗਜ਼ਾਮ ਦੇ ਵਿੱਚ ਆਇਆ ਹੋਇਆ ਏ ਇਸੇ ਲਈ ਐਜ਼ ਇਟ ਇਜ਼ ਹੀ ਐਡ ਕੀਤਾ ਗਿਆ ਹੈ ਤੇ ਮੈਂ ਤੁਹਾਨੂੰ ਇਹ ਦੱਸਣ ਲਈ ਕੀਤਾ ਕਿ ਜਦੋਂ ਵੀ ਇਕੱਲਾ ਇਸੇ ਤਰ੍ਹਾਂ ਲਿਖਿਆ ਆ ਜੇ ਕਥਨ ਤਾਂ ਇਹਦੇ ਵਿੱਚ ਤੁਸੀਂ ਦੇਖਣਾ ਹੁੰਦਾ ਹੈ ਕਿ ਇਹਦੇ ਤੇ ਕਿਹੜਾ ਫਾਲੋਅ ਅਪ ਕਰ ਰਿਹਾ ਇਨ੍ਹਾਂ ਆਪਸ਼ਨਸ ਦੇ ਵਿੱਚੋਂ ਠੀਕ ਹੈ ਉਸ ਮੈ ਤੁਸੀ ਇਸ ਨੂੰ ਧਿਆਨ ਰੱਖ ਕੇ ਹੀ ਆਨਸਰ ਲਗਾਉਣਾ ਹੁੰਦਾ ਤਾਂ ਇਸੇ ਤਰ੍ਹਾਂ ਦੇ ਕੁਐਸਚਨਸ ਅਕਸਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਪੰਜਾਬੀ ਭਾਸ਼ਾ ਦੀ ਉਤਪਤੀ ਕਿ ਕਈ ਪ੍ਰਕਿਰਤੇ ਤੋਂ ਹੀ ਸੰਭਵ ਜਾਪਦੀ ਹੈ ਜਿਸ ਦੀਆਂ ਉਪ ਪ੍ਰਕਿਰਤੇ ਟੱਕੀ ਅਤੇ ਪੰਚਾਲੀ ਆਦ ਹਨ ਕਾਰਨ ਕਿਉਂਕਿ ਪੰਜਾਬੀ ਦੀ ਉਤਪਤੀ ਪੈ ਸਾਚੀ ਅਤੇ ਸੋਰਸੈਣੀ ਤੋਂ ਹੋਈ ਸਿੱਧ ਨਹੀਂ ਹੁੰਦੀ ਅਤੇ ਨਾ ਹੀ ਇਹ ਸਿੱਧੀ ਵੈਦਿਕ ਸੰਸਕ੍ਰਿਤ ਤੋਂ ਨਿਕਲਦੀ ਆ ਜਿਆਦਾਤਰ ਸਟੂਡੈਂਟ ਇਸ ਕੁਐਸਚਨ ਦਾ ਆਨਸਰ ਸਸਾਲਗਾ ਕੇ ਆਉਣਗੇ ਜਿਹੜਾ ਕਿ ਬਿਲਕੁਲ ਗਲਤ ਹੋਵੇਗਾ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਹੈ ਕਿ ਇਹ ਕਥਨ ਦੋਵੇਂ ਹੀ ਸਹੀ ਆ ਠੀਕ ਹੈ ਜੀ ਨੈਕਸਟ ਕੁਐਸਚਨ ਕੇਸ ਉਪਭਾਸ਼ਾ ਵਿੱਚ ਰਾਰਾ ਤੁਣੀ ਦਾ ਲੋਪ ਨਹੀਂ ਹੁੰਦਾ ਹਾਂਜੀ ਰਾਰਾ ਰਾਰਾ ਤੁਣੀ ਆ ਜਿਹੜੀ ਇਸ ਦਾ ਲੋਪ ਮਾਜੀ ਦੇ ਵਿੱਚ ਨਹੀਂ ਹੁੰਦਾ অপশন নাম্বার আডা ইজ আ রাইট আনসার তা મે ਤੁਹਾਨੂੰ ਪਹਿਲਾਂ ਵੀ ਕਰਵਾਇਆ ਹੋਇਆ ਤੇ ਮੈਂ ਇੰਨੇ ਵਾਰ ਤੁਹਾਨੂੰ ਪਾਰਟ 1 ਤੇ ਜਿਹੜਾ ਆਪਾਂ ਇਸ ਵੀਡੀਓ ਦੇ ਵਿੱਚ ਪੰਜਾਬੀ ਸਾਹਿਤ ਦਾ ਪਾਰਟ 1 ਕੀਤਾ ਉਸ ਤੋਂ ਪਹਿਲਾਂ ਵੀ ਪੰਜਾਬੀ ਸਾਹਿਤ ਕੀਤਾ ਕਿ माजी ਬੋਲੀ ਕਿਹੜੇ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਆ ਬਹੁਤ ਵਾਰ ਦੱਸਿਆ ਵਾ ਠੀਕ ਹੈ ਹੁਣ ਤੁਸੀਂ ਕਮੈਂਟ ਵਾਕਸ ਦੇ ਵਿੱਚ ਲਿਖੋਗੇ ਕਿ माजी ਬੋਲੀ ਕਿਹੜੇ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਪੰਜਾਬੀ ਦੇ ਦੋ ਹੋਠੀ ਵਿਅੰਜਨ ਕਿਹੜੇ ਹੁੰਦੇ ਆ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਦੋ ਹੋਠੀ ਦਾ ਪਤਾ ਹੋਣਾ ਚਾਹੀਦਾ ਕਿ ਦੋ ਹੋਠੀ ਵਿਅੰਜਨ ਉਹ ਹੁੰਦੇ ਆ ਜਿਨ੍ਹਾਂ ਨੂੰ ਦੋ ਆਜੇ ਜਾਂ ਕੱਲਾ ਹੋਠੀ ਆ ਜੀ ਕਿ ਜਿਨ੍ਹਾਂ ਨੂੰ ਉਚਾਰਨ ਸਮੇਂ ਦੋਵੇਂ ਬੁੱਲ ਜੁੜ ਜਾਣ ਉਹਨਾਂ ਨੂੰ ਅਸੀਂ ਦੋ ਹੋਠੀ ਬੋਲਦੇ ਆ ਜਿਵੇਂ ਪਪਾ ਫਫਾ ਬੱਬਾ ਭੱਬਾ ਮੱਮਾ ਆਪਸ਼ਨ ਨੰਬਰ 1 ਸਰਸਾਈਜ਼ ਆ ਰਾਈਟ ਆਂਸਰ ਨੈਕਸਟ ਕੁਐਸ਼ਨ ਪੰਜਾਬੀ ਦੇ ਟਕਮੇ ਵਿਅੰਜਨਾਂ ਦੀ ਗਿਣਤੀ ਹੈ ਹਾਂਜੀ ਪੰਜਾਬੀ ਦੇ ਡਕਮੇ ਵਿਅੰਜਨਾਂ ਦੀ ਗਿਣਤੀ ਆ 15 ਆਪਸ਼ਨ ਨੰਬਰ ਏ ਆਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬੀ ਵਾਕ ਦੀ ਤਰਤੀਬ ਹੈ ਹਾਂਜੀ ਪੰਜਾਬੀ ਵਾਕ ਦੀ ਤਰਤੀਬ ਕੀ ਆ ਪਹਿਲਾਂ ਕਰਤਾ ਫਿਰ ਕਰਮ ਉਸ ਤੋਂ ਬਾਅਦ ਕਿਰਿਆ ਆਪਸ਼ਨ ਨੰਬਰ ਈਡੀ ਆਇਜ਼ ਦਾ ਰਾਈਟ ਆਨਸਰ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਪੰਜਾਬੀ ਦੀ ਕਿਸ ਉਪਭਾਸ਼ਾ ਵਿੱਚ ਸੁਰ ਹੈ ਹਾਂਜੀ ਪੰਜਾਬੀ ਦੀ ਉਪਭਾਸ਼ਾ ਪੁਆਦੀ ਆ ਜਿਸ ਦੇ ਵਿੱਚ ਕੀ ਆ ਸੋਰਾ ਆਪਸ਼ਨ ਨੰਬਰ 6 ਦਾ ਰਾਈਟ ਆ ਆਹਾਂ ਹੈ ਕਿਹੜੀਆਂ-ਕਿਹੜੀਆਂ ਨੇ ਵਸੇ ਪੁਆਦੀ ਦੁਆਬੀ ਮਾਝੀ ਪੋਠੋਹਾਰੀ ਮੁਲਤਾਨੀ ਅਤੇ ਮਲਵਈ ਪਰ ਪੁਆਦੀ ਦੇ ਵਿੱਚ ਕੀ ਆ ਸੁਰ ਨੈਕਸਟ ਕੁਐਸ਼ਨ ਪੰਜਾਬੀ ਦੀ ਖੱਖਾ ਧੁਨੀ ਕੀ ਹੈ ਹਾਂਜੀ ਇਹਨਾਂ ਦੇ ਵਿੱਚੋਂ ਪੰਜਾਬੀ ਦੀ ਖੱਖਾ ਧੁਨੀ ਕੀ ਆ ਤਾਂ ਪੰਜਾਬੀ ਦੀ ਖੱਖਾ ਧੁਨੀ ਆ ਜੀ ਅਕੋਸ਼ ਮਹਾ ਪ੍ਰਾਣ ਕਿਹੜੀਆਂ ਅਕੋਸ਼ ਮਹਾ ਪ੍ਰਾਣ অপਸ਼ਨ ਨੰਬਰ 8 ਇਸਾ ਰਾਈਟ ਆਨਸਰ ਮਹਾ ਪ੍ਰਾਣ ਕੀ ਹੁੰਦਾ ਵਾ ਦੇਖੋ ਸਭ ਤੋਂ ਪਹਿਲਾਂ ਤਾਂ ਕਿ ਜਿਹੜੇ ਵਿਅੰਜਨਾਂ ਦੇ ਉਚਾਰਨ ਸਮੇਂ ਸਾਹ ਜ਼ਿਆਦਾ ਮਾਤਰਾ ਵਿੱਚ ਬਾਹਰ ਨਿਕਲੇ ਉਹਨਾਂ ਨੂੰ ਅਸੀਂ ਮਹਾ ਪ੍ਰਾਣ ਵਿਅੰਜਨ ਬੋਲਦੇ ਆ ਜਿਵੇਂ ਖਖਾ ਸ਼ਿਸ਼ਾ ਠੱਠਾ ਥੱਥਾ ਫਫਾ ਕੱਗਾ ਚਿੱਜਾ ਟੱਡਾ ਤੱਦਾ ਪੱਬਾ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਇਹ ਤੁਹਾਨੂੰ ਪਤਾ ਹੋਣਾ ਚਾਹੀਦੇ ਆ ਤੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਦੇਖੋ ਮੈਂ ਬੋਲਿਆ ਕਿ ਸਾਹ ਜ਼ਿਆਦਾ ਮਾਤਰਾ ਵਿੱਚ ਬਾਹਰ ਨਿਕਲਦਾ ਉਹਨਾਂ ਨੂੰ ਤਾਂ ਅਸੀਂ ਮਹਾਪ੍ਰਾਣ ਬੋਲਦੇ ਆ ਤੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਆ ਕਿ ਜਿੰਨਾ ਵਿੰਜਨਾਂ ਨੂੰ ਉਚਾਰਨ ਸਮੇ ਸਾਹ ਥੋੜੀ ਮਾਤਰਾ ਦੇ ਵਿੱਚ ਬਾਹਰ ਨਿਕਲੇ ਉਹਨਾਂ ਨੂੰ ਅਸੀਂ ਅਲਪ ਪ੍ਰਾਣ ਬੋਲਦੇ ਆ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੋਵੇਗਾ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਕਿਹੜਾ ਸ਼ਬਦ ਪੰਜਾਬੀ ਵਿੱਚ ਸਬੰਧਕ ਸ੍ਰੇਣੀ ਦਾ ਮੈਂਬਰ ਨਹੀਂ ਹੈ ਹਾਂਜੀ ਸਵੰਧਕ ਸ਼੍ਰੇਣੀ ਦਾ ਮੈਂਬਰ ਕਿਹੜਾ ਨਹੀਂਗਾ ਭਾਵੇਂ অপਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਠੀਕ ਹੈ ਇਸ ਤੋਂ ਇਲਾਵਾ ਲਈ ਨੂੰ ਤੋਂ ਇਹ ਸਾਰੇ ਕੀ ਆ ਸਵੰਧਕ ਸ਼੍ਰੇਣੀ ਦੇ ਮੈਂਬਰ ਆ ਨੈਕਸਟ ਕੁਐਸਚਨ ਪੰਜਾਬੀ ਦਾ ਪਹਿਲਾ ਵਿਆਕਰਨ ਲਿਖਿਆ ਹੈ ਹਾਂਜੀ ਪੰਜਾਬੀ ਦਾ ਪਹਿਲਾ ਵਿਆਕਰਨ ਲਿਖਿਆ ਹੈ ਇਹਨਾਂ ਨੇ ਲਿਖਿਆ ਵਿਲੀਅਮ ਕੈਰੀ ਨੇ অপਸ਼ਨ ਨੰਬਰ ਆ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬੀ ਭਾਸ਼ਾ ਵਿੱਚ ਸਵੰਧਕ ਕਿੰਨੀ ਪ੍ਰਕਾਰ ਹਾਂਜੀ ਮੈਂ ਤੁਹਾਨੂੰ ਆਲਰੇਡੀ ਪੰਜਾਬੀ ਭਾਸ਼ਾ ਦੇ ਵਿੱਚ ਪੂਰੇ ਲੈਕਚਰ ਡਿਟੇਲ ਦੇ ਵਿੱਚ ਕਰਵਾਈ ਆ ਤੇ ਜਿਹੜੇ ਸਟੂਡੈਂਟਸ ਪ੍ਰੋਪਰ ਬਾਈ ਡੈਫੀਨੇਸ਼ਨ ਹਰ ਇੱਕ ਪੰਜਾਬੀ ਵਿਆਕਰਨ ਦੇ ਨਾਲ ਰਿਲੇਟਡ ਟਾਪਿਕ ਦੇ ਨਾਲ ਰਿਲੇਟਡ ਬਾਈ ਡੈਫੀਨੇਸ਼ਨ ਕਰਨਾ ਚਾਹੁੰਦੇ ਨੇ ਐਮਸੀਕਿਊ ਮੈਂ ਅਲੱਗ ਤੋਂ ਵੀਡੀਓ ਬਣਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਵੀ ਜਿਹੜੇ ਸਟੂਡੈਂਟ ਪੁਰਾਣੇ ਆ ਉਹਨਾਂ ਨੂੰ ਤਾਂ ਪਤਾ ਹੋਵੇਗਾ ਪਰ ਨਵੇਂ ਸਟੂਡੈਂਟਸ ਨੂੰ ਮੈਂ ਫਿਰ ਤੋਂ ਫਿਰ ਵੀ ਦੱਸਣਾ ਚਾਹਾਂਗੀ ਕਿ ਜਿਹੜੇ ਸੰਬੰਧਕ ਆ ਉਹਨਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤਿੰਨ ਹੁੰਦੀਆਂ ਨੇ ਸੌਰੀ ਇੱਥੇ ਪਿੰਨ ਪਿਆ 3 ਆਪਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਹੈ ਕਿ ਤਿੰਨ ਤਰ੍ਹਾਂ ਦੇ ਹੁੰਦੇ ਆ ਜਿਹੜੇ ਸੰਬੰਧਕ ਆ ਕਿਹੜੇ-ਕਿਹੜੇ ਪੂਰਨ ਸੰਬੰਧਕ ਆਪੂਰਨ ਸੰਬੰਧਕ ਤੇ ਦੁਬਾਜ਼ਰੇ ਸੰਬੰਧਕ ਜਿਨੂੰ ਅਸੀਂ ਮਿਸ਼ਰਤ ਵੀ ਬੋਲ ਦਿੰਨੇ ਆ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਜੇਕਰ ਵੰਤਰ ਦੇ ਪੱਖੋਂ ਆ ਜਾਵੇ ਫਿਰ ਵੀ ਸਵੰਧਕ ਤਿੰਨ ਹੀ ਹੁੰਦੇ ਆ ਮੂਲ ਸਵੰਧਕ ਸੰਧੀ ਸਵੰਧਕ ਸੰਜੁਕਤ ਸਵੰਧਕ ਬਟ ਜੇਕਰ ਰੂਪ ਦੇ ਆਧਾਰ ਤੇ ਪੁੱਛ ਲਿਆ ਜਾਵੇ ਤਾਂ ਰੂਪ ਦੇ ਉਧਾਰ ਤੇ ਆਧਾਰ ਤੇ ਵਿਕਾਰੀ ਸੰਬੰਧ ਤੇ ਅਵਿਕਾਰੀ ਸੰਬੰਧ ਸੰਬੰਧ ਦੋ ਤਰ੍ਹਾਂ ਦੇ ਹੁੰਦੇ ਆ ਠੀਕ ਹੈ ਸੰਬੰਧਾਂ ਦੀ ਜਿਹੜੀ ਸਵੰਧਕ ਆ ਜਿਹੜੇ ਇਨਾਂ ਦੀ ਜਿਹੜੀ ਵੰਡਾ ਉਹ ਅਲੱਗ-ਅਲੱਗ ਤਰ੍ਹਾਂ ਕੀਤੀ ਗਈ ਹੈ ਜਿਵੇਂ ਮੇਨ ਮੰਨਿਆ ਜਾਂਦਾ ਹੈ ਕਿ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਪੂਰਨ ਆਪੂਰਨ ਅਤੇ ਮਿਸ਼ਰਤ ਫਿਰ ਸੈਕਿੰਡ ਉਹਨਾਂ ਨੇ ਬਣਤਰ ਦੇ ਆਧਾਰ ਤੇ ਵੰਡ ਦਿੱਤਾ ਮੂਲ ਸੰਜੋਗਤ ਤੇ ਸੰਧੀ ਠੀਕ ਹੈ ਇਹ ਤਿੰਨ ਸੰਬੰਧਕ ਫਿਰ ਅੱਗੇ ਉਹਨਾਂ ਨੇ ਰੂਪ ਦੇ ਆਧਾਰ ਤੇ ਵੰਡ ਦਿੱਤੇ ਜਿਹਨੂੰ ਦੋ ਹੀ ਕਿਸਮਾਂ ਚ ਵੰਡੇ ਆ ਠੀਕ ਹੈ ਵਿਕਾਰੀ ਅਤੇ ਅਵਿਕਾਰੀ ਹਾਂਜੀ ਨੈਕਸਟ ਕੁਐਸ਼ਨ ਪੰਜਾਬੀ ਭਾਸ਼ਾ ਵਿੱਚ ਕਾਰਦੰਤਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਹਾਂਜੀ ਪੰਜਾਬੀ ਭਾਸ਼ਾ ਦੇ ਵਿੱਚ ਕਾਰਦੰਤਕ ਚਾਰ ਪ੍ਰਕਾਰ ਦੇ ਹੁੰਦੇ ਆ ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਪੰਜਾਬੀ ਭਾਸ਼ਾ ਦੀ ਲਿਪੀ ਵਿੱਚ ਕਿੰਨੇ ਲਗਾਖਰ ਜਾਂ ਸਵਰ ਬਹਾਕ ਹਨ ਹਾਂਜੀ ਪੰਜਾਬੀ ਭਾਸ਼ਾ ਦੀ ਲਿਪੀ ਵਿੱਚ ਟੋਟਲ ਤਿੰਨ ਲਗਾਖਰ ਜਾਂ ਸਵਰ ਬਹਾਕਾ ਆਪਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਂਸਰ ਤੇ ਕਿਹੜੇ-ਕਿਹੜੇ ਨੇ ਉਹ ਤਿੰਨ ਬਿੰਦੀ ਟਿੱਪੀ ਤੇ ਅਦਗ ਬਿੰਦੀ ਟਿੱਪੀ ਤੇ ਅਦਗ ਠੀਕ ਹੈ ਇਹ ਤਿੰਨਾ ਜਿਹੜੇ ਕਿ ਲਗਾਖਰ ਬੋਲਦੇ ਆ ਜਿਨ੍ਹਾਂ ਨੂੰ ਅਸੀਂ ਹਾਂਜੀ ਨੈਕਸਟ ਕੁਐਸ਼ਚਨ ਹਾ ਹਾ ਰਾ ਰਾ ਵਾ ਵਾ ਵਿੱਚੋਂ ਹਾ ਹਾ ਰਾ ਰਾ ਵਾ ਵਾ ਵਿੱਚੋਂ ਕਿਹੜੇ ਚਿੰਨ ਦੀ ਵਰਤੋਂ ਪੈਰਾ ਵਿੱਚ ਨਹੀਂ ਪਾਈ ਜਾਂਦੀ ਜਾਂ ਬਹੁਤ ਘੱਟ ਕੀਤੀ ਜਾਂਦੀ ਆ ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਈਡੀ ਵਾਵੇ ਦੀ ਵਰਤੋਂ ਨੈਕਸਟ ਕੁਐਸ਼ਚਨ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਹਾਂਜੀ ਸਹੀ ਕਥਨ ਦੀ ਗੱਲ ਹੋ ਰਹੀ ਆ ਸਹੀ ਕਥਨ ਦੇ ਵਿੱਚ ਲਈ ਸਭ ਤੋਂ ਪਹਿਲਾਂ ਅਸੀਂ ਪੜ੍ਹ ਲੈਨੇ ਆ ਕਿ ਪੰਜਾਬੀ ਵਿੱਚ ਈੜੀ ਸਿਹਾਰੀ ਤੇ ਆੜੇ ਧਲਾਵਾ ਗੁਲਾਈ ਕਰ ਸਵਰ ਹੁੰਦੇ ਆ ਇਹ ਬਿਲਕੁਲ ਗਲਤ ਆ ਫਿਰ ਪੰਜਾਬੀ ਵਿੱਚ ਈੜੀ ਸਿਹਾਰੀ ਤੇ ਆੜੇ ਧਲਾਵਾ ਮੂਰਲੇ ਸਵਰ ਹਨ ਹਾਂਜੀ ਇਹ ਬਿਲਕੁਲ ਠੀਕ ਆ ਆਪਸ਼ਨ ਨੰਬਰ ਆ ਡਾ ਇਸ ਦਾ ਰਾਈਟ ਆਨਸਰ ਠੀਕ ਹੈ ਜੀ ਅੱਗੇ ਦੇਖਦੇ ਆਂ ਅਸੀਂ ਨੈਕਸਟ ਕੁਐਸਚਨ ਇਸ ਦੇ ਵਿੱਚ ਤੁਹਾਨੂੰ ਸੂਚੀ ਦਿੱਤੀ ਆ ਸੂਚੀ 1 ਦਾ ਸਬੰਧ ਤੁਸੀਂ ਦੇਖਣਾ ਸੂਚੀ 2 ਦੇ ਵਿੱਚ ਕਿਹਦੇ ਨਾਲ ਆ ਜਿਵੇਂ ਦੇਖੋ ਇਹਦੇ ਵਿੱਚ ਤੁਹਾਨੂੰ ਬੋਲਿਆ ਗਿਆ ਹੈ ਕਿ ਜਿਵੇਂ ਅਸੀਂ ਤੁਹਾਡਾ ਕਹਿਣਾ ਹੋਵੇ ਤਾਂ ਉਸ ਦਾ ਸਬੰਧ ਜਾਂ ਫਿਰ ਕਿਹੜੀ ਭਾਸ਼ਾ ਦੇ ਵਿੱਚ ਤੁਹਾਡਾ ਨੂੰ ਕੀ ਬੋਲਿਆ ਜਾਂਦਾ ਮਲਵਈ ਦੇ ਵਿੱਚ ਸੋਡਾ ਬੋਲਿਆ ਜਾਂਦਾ ਮਾਝੀ ਦੇ ਵਿੱਚ ਤੁਹਾਡਾ ਦੁਆਬੀ ਦੇ ਵਿੱਚ ਦੁਆਬੀ ਦੇ ਵਿੱਚ ਥੋਡਾ ਤੇ ਲੈਂਦੀ ਦੇ ਵਿੱਚ ਤੁਸਾਡਾ ਠੀਕ ਹੈ ਇਸ ਤਰ੍ਹਾਂ ਇਹਨਾਂ ਦੇ ਸਬੰਧਾਂ ਜਾਨੀ ਕਿ ਪਹਿਲੇ ਦਾ ਹੋਣਾ 4 ਫਿਰਵੰ ਦਾ 3 ਉਸ ਤੋਂ ਬਾਅਦ 2 ਤੇ ਉਸ ਤੋਂ ਬਾਅਦ 1 ਤਾਂ ਦੇਖ ਲਿਨਿਆ ਅਸੀਂ ਇਹ ਕਿਹੜੀ ਆਪਸ਼ਨ ਆ ਏ ਆਪਸ਼ਨ ਪਈ ਆ ਈ ਡੀ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬੀ ਨਾਲ ਸੰਬੰਧਿਤ ਕਿਹੜੀ ਉਪਭਾਸ਼ਾ ਨੂੰ ਰਾਸ਼ਟਰੀ ਭਾਸ਼ਾਵਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ ਹਾਂਜੀ ਪੰਜਾਬੀ ਨਾਲ ਸੰਬੰਧਿਤ ਡੋਗਰੀ ਉਪਭਾਸ਼ਾ ਨੂੰ ਰਾਸ਼ਟਰੀ ਭਾਸ਼ਾਵਾਂ ਦੀ ਸੂਚੀ ਦੇ ਵਿੱਚ ਰੱਖਿਆ ਗਿਆ ਆਪਸ਼ਨ ਨੰਬਰ 8 ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬੀ ਦੀ ਕਿਹੜੀ ਧੁਣੀ ਅਖੰਡੀ ਹੈ ਹਾਂਜੀ ਪੰਜਾਬੀ ਦੀ ਕਿਹੜੀ ਧੁਨੀ ਅਖੰਡੀ ਆ ਹਾਂਜੀ ਇਹਨਾਂ ਦੇ ਵਿੱਚੋਂ ਪੰਜਾਬੀ ਦੀ ਉਹ ਕਿਹੜੀ ਧੁਨੀ ਆ ਜਿਹੜੀ ਅਖੰਡੀ ਆ ਨਾਸਕੀ ਆਪਸ਼ਨ ਨੰਬਰ 6 ਇਸ ਦਾ ਰਾਈਟ ਆਨਸਰ ਅੱਛਾ ਇੱਕ ਤੁਹਾਨੂੰ ਇਹ ਆ ਸਕਦਾ ਕਿ ਨਾਸਕੀ ਵਿਅੰਜਨ ਕਿਹੜੇ ਹੁੰਦੇ ਆ ਜਿਨ੍ਹਾਂ ਨੂੰ ਉਚਾਰਨ ਵੇਲੇ ਆਵਾਜ਼ ਨੱਕ ਰਾਹੀਂ ਹੋ ਕੇ ਬਾਹਰ ਨਿਕਲੇ ਉਹਨਾਂ ਨੂੰ ਨਾਸਕੀ ਜਾਂ ਨੂੰ ਨਾਸਕੀ ਬੋਲਦੇ ਆ ਨਾਸਤਿਕ ਪੰਜਾਬੀ ਦੀ ਕਿਹੜੀ ਧੁਨੀ ਅਖੰਡੀ ਆ ਨਾਸਤਿਕਤਾ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਆ ਸਕਦਾ ਕਿ ਨਾਸਿਕਤਾ ਨੂੰ ਅੰਕਿਤ ਕਰਨ ਲਈ ਗੁਰਮੁਖੀ ਲਿਪੀ ਵਿੱਚ ਕਿਹੜੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੋਵੇਗਾ ਬਿੰਦੀ ਅਤੇ ਟਿੱਪੀ ਹਾਂਜੀ ਨੈਕਸਟ ਕੁਐਸਚਨ ਇਹਨਾਂ ਦੇ ਵਿੱਚੋਂ ਤੁਸੀਂ ਕਥਨ ਦੱਸਨੇ ਆ ਕਿ ਕਿਹੜੇ ਸਹੀ ਆ ਗੁਰਮੁਖੀ ਤੋਂ ਨੀਮਕ ਅਤੇ ਉਚਾਰ ਖੰਡੀ ਲਿਪੀ ਆ ਇਹ ਬਿਲਕੁਲ ਠੀਕ ਆ ਇਸ ਦੇ 35 ਅੱਖਰਾਂ ਵਿੱਚੋਂ 10 ਸਵਰ ਅਤੇ 32 ਵਿਅੰਜਨ ਬਣਦੇ ਹਨ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਗੁਰਮੁਖੀ ਲਿਪੀ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ ਤਾਂ ਇਸ ਦੇ 35 ਅੱਖਰਾਂ ਦੇ ਵਿੱਚੋਂ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਸਵਾਰ ਕਿੰਨੇ ਆ ਊੜਾ ਆੜਾ ਅਤੇ ਈੜੀ ਸਵਾਰ ਅੱਖਰ ਊੜਾ ਆੜਾ ਅਤੇ ਈੜੀ ਆ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਬਾਕੀ ਲਗਾਂ ਲਗਾ ਕੇ ਬਣਦੇ ਆ ਦਾ ਅੱਖਰ ਠੀਕ ਹੈ ਇਸ ਗੱਲ ਦਾ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅੱਖਰ ਸਿਰਫ ਤਿੰਨ ਹੀ ਸਵਾਰਾ ਊੜਾ ਆੜਾ ਅਤੇ ਈੜੀ ਇਹਦਾ ਮਤਲਬ ਇਹ ਅੱਖਰ ਕੀ ਇੱਥੇ ਗਲਤ ਕਥਨ ਦਿੱਤਾ ਵਾ ਗੁਰਮੁਖੀ ਹੀ ਪੰਜਾਬੀ ਭਾਸ਼ਾ ਲਈ ਸਭ ਤੋਂ ਠੁਕਮੀ ਲਿਪੀ ਆ ਜਾਨੀ ਕਿ ਇਸ ਦਾ ਰਾਈਟ ਆਨਸਰ ਹੈ ਏ ਅਤੇ ਸੀ ਦੋਵੇਂ ਸਹੀ ਆ ਠੀਕ ਹੈ ए ਅਤੇ सी ਇੱਥੇ ਸਹੀ ਹੈ ਹੁਣ ਹਾਂਜੀ ਨੈਕਸਟ ਪੰਜਾਬੀ ਸਬਜੈਕਟ ਆਬਜੈਕਟ ਤੇ ਵਰਬ ਭਾਸ਼ਾ ਹੈ ਸੰਜਾਗਾਤਮਕ ਅਤੇ ਵਿਜੋਗਾਤਮਕ ਰੂਪਾਂ ਵਾਂਗ ਪੰਜਾਬੀ ਵਿੱਚ ਸਥਾਨਮੁਕਤ ਅਤੇ ਸਥਾਨਯੁਕਤ ਦੋਵੇਂ ਹੀ ਲੱਛਣ ਮਯੂਦ ਹਨ ਹਾਂਜੀ ਇਹ ਵੀ ਅਸੀਂ ਕਥਨ ਹੀ ਦੱਸਣਾ ਕਿ ਕਿਹੜਾ ਸਹੀ ਆ ਠੀਕ ਹੈ ਤੇ ਇਹ ਕਥਨ ਬਿਲਕੁਲ ਠੀਕ ਹੈ ਅੱਗੇ ਪੰਜਾਬੀ ਵਾਕਾਂ ਵਿੱਚ ਵਿਸ਼ੇਸ਼ਣ ਆਪਣੇ ਵਿਸ਼ੇਸ ਤੋਂ ਮਗਰੋਂ ਆਉਂਦਾ ਹੈ ਕੀ ਵਿਸ਼ੇਸ਼ਣ ਆਪਣੇ ਵਿਸ਼ੇਸ ਤੋਂ ਮਗਰੋਂ ਆਉਂਦਾ ਹੈ ਗਲਤ ਅਗੇ ਸਬੰਧਕ ਆਪਣੇ ਨਾਮ ਪੜਨਾਮ ਤੋਂ ਠੀਕ ਪਿੱਛੇ ਆਉਂਦਾ ਹੈ ਹਾਂਜੀ ਸਬੰਧਕ ਆਪਣੇ ਨਾਮ ਅਤੇ ਪੜਨਾਮ ਤੋਂ ਬਿਲਕੁਲ ਸਹੀ ਹੈ ਕਿ ਪਿੱਛੇ ਆਉਂਦਾ ਹੈ ਠੀਕ ਹੈ ਤਾਂ ਇਹਦਾ ਮਤਲਬ ਕੀ ਹੈ ਏ ਤੇ ਸੀ ਸਹੀ ਆ ਅਸੀਂ ਦੇਖ ਲੈਂਦੇ ਹਾਂ ਕਿ ਇਹਦੇ ਵਿੱਚ ਏ ਅਤੇ ਸੀ ਸਹੀ ਆ ਬੀ ਗਲਤ ਏ ਅਤੇ ਸੀ ਸਹੀ ਆਪਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਗੁਰਮੁਖੀ ਦੇ ਊੜਾ ਆੜਾ ਈੜੀ ਹਨ ਹਾਂਜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆ ਕਿ ਗੁਰਮੁਖੀ ਦੇ ਊੜਾ ਆੜਾ ਈੜੀ ਸਵਰ ਬਹਾਕਾ ਆਪਸ਼ਨ ਨੰਬਰ 17 ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਂਜੀ ਅੱਗੇ ਤੁਹਾਨੂੰ ਸੂਚੀ ਦਿੱਤੀ ਆ 1 ਤੇ ਸੂਚੀ 2 ਇਸ ਦੇ ਵਿੱਚ ਵੀ ਤੁਸੀਂ ਦੇਖਣਾ ਕਿ ਕਿਸ ਦਾ ਸਬੰਧ ਕਿਸ ਦੇ ਨਾਲ ਆ ਜਿਹੜੀ ਮਾਜੀ ਆ ਉਹ ਕਿੱਥੇ ਬੋਲੀ ਜਾਂਦੀ ਆ ਗੁਰਦਾਸਪੁਰ ਦੇ ਵਿੱਚ ਠੀਕ ਹੈ ਬਲਵਈ ਕਿੱਥੇ ਬੋਲੀ ਜਾਂਦੀ ਆ ਬਠਿੰਡਾ ਦੇ ਵਿੱਚ ਤੇ ਉਸ ਤੋਂ ਇਲਾਵਾ ਦੁਆਬੀ ਕਿੱਥੇ ਬੋਲੀ ਜਾਂਦੀ ਆ ਫਗਵਾੜਾ ਦੇ ਵਿੱਚ ਤੇ ਪੁਆਦੀ ਬੋਲੀ ਜਾਂਦੀ ਆ ਰੋਪੜ ਦੇ ਵਿੱਚ ਜਾਨੀ ਕਿ 4 4 3 2 1 ਇਸ ਦਾ ਰਾਈਟ ਆਨਸਰ ਹੈ ਤਾਂ ਆਪਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਰਮਵਾਰ ਲਿਖੋ ਹਾਂਜੀ ਇਹਨਾਂ ਦੇ ਵਿੱਚੋਂ ਅਸੀਂ ਕਰਮਵਾਰ ਕਰਨੇ ਆ ਪਹਿਲਾਂ ਦਿੱਤਾ ਪਾਲੀ Vedic Sanskrit Prakrit Appras ਤੇ ਇਹਦੇ ਕਰਮਵਾਰ ਕੀ ਬਣ ਰਹੇ ਨੇ ਹਾਂਜੀ ਦੇਖੋ ਸਭ ਤੋਂ ਪਹਿਲਾਂ ਹੈ ਵੈਦਿਕ ਉਸ ਤੋਂ ਬਾਅਦ ਪਾਲੀ ਉਸ ਤੋਂ ਬਾਅਦ ਪ੍ਰਾਕਿਰਤ ਤੇ ਉਸ ਤੋਂ ਬਾਅਦ ਅਪਰੰਸ਼ ਤੇ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸਾ ਨੈਕਸਟ ਕੁਐਸਚਨ ਕਿਹੜਾ ਸ਼ਬਦ ਸੁਰ ਲੋਪ ਦੀ ਮਿਸਾਲ ਨਹੀਂ ਹੈ ਹਾਂਜੀ ਕਿਹੜਾ ਸ਼ਬਦ ਦਾ ਜਿਹੜਾ ਇੱਥੇ ਸਵਰ ਹੋਣਾ ਸਵਰ ਲੋਪ ਦੀ ਮਿਸਾਲ ਨਹੀਂ ਹੈ ਇਤਰਾਜ਼ অপਸ਼ਨ ਨੰਬਰ ਰੂੜਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਹੈ ਕਿ ਇਹ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੀ ਵਿਸ਼ੇਸ਼ਤਾ ਵਾ ਇਹਨੂੰ ਕਿਹੜਾ ਸ਼ਬਦ ਦਾ ਜਿਹੜਾ ਪੂਰਾ ਕਰੇਗਾ ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਹੈ ਕਿ ਇਹ ਵਿయోగਾਤਮਕ ਭਾਸ਼ਾ ਹੈ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਆਧੁਨਿਕ ਭਾਰਤੀ ਆਰਿਆਈ ਭਾਸ਼ਾਵਾਂ ਹਨ ਹਾਂਜੀ ਆਧੁਨਿਕ ਭਾਰਤੀ ਆਰਿਆਈ ਭਾਸ਼ਾਵਾਂ ਨੇ ਰਾਜਸਥਾਨੀ ਗੁਜਰਾਤੀ ਤੇ ਪੰਜਾਬੀ অপশন নাম্বার আ ইজ দা রাইট आंसर नेक्स्ट কোশ্চেন মালবই ভাষা ਦਾ ਖੇਤਰ ਹੈ हां जी ਮਲਬਈ ਭਾਸ਼ਾ ਕਿਦੇ ਵਿੱਚ ਬੋਲੀ ਜਾਂਦੀ ਆ ਲੁਧਿਆਣਾ ਮੋਗਾ ਬਠਿੰਡਾ অপশন নাম্বার ਸ ਇਸ ਦਾ রাইট आंसर नेक्स्ट কোশ্চেন ਜੁਨਾਨੀ ਕਾਵ ਰੂਪ ਔਡ ਪੰਜਾਬੀ ਦੇ ਕਿਹੜੇ ਕਾਵ ਰੂਪ ਵਿੱਚ ਮਿਲਦਾ ਹੈ हां जी ਜੁਨਾਨੀ ਕਾਵ ਰੂਪ ਔਡ ਪੰਜਾਬੀ ਦੇ ਕਿਹੜੇ ਕਾਵ ਰੂਪ ਵਿੱਚ ਮਿਲਦਾ 12 ਦੇ ਵਿੱਚ ਮਿਲਦਾ অপਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬੀ ਭਾਸ਼ਾ ਵਿੱਚ ਕਿਹੜੇ ਸੰਜੋਗਤ ਸਵਰ ਹਨ ਹਾਂਜੀ ਸੰਜੋਗਤ ਸਵਰ ਕਿਹੜੇ ਆੜੇ ਦੁਲਾਵਾ ਅਤੇ ਆੜੇ ਕਨੋੜਾ অপਸ਼ਨ ਨੰਬਰ ਸਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬੀ ਦੀ ਕਿਹੜੀ ਉਪਭਾਸ਼ਾ ਵਿੱਚ ਆਰੰਭਿਕ ਸਵਰ ਦੋਹਰੇ ਬੋਲੇ ਜਾਂਦੇ ਹਨ ਹਾਂਜੀ ਕਿਹੜੀ ਉਪਭਾਸ਼ਾ ਦੇ ਵਿੱਚ ਜਿਹੜੇ ਆਰੰਭਿਕ ਸਵਾਰ ਆ ਦੋਹਰੇ ਬੋਲੇ ਜਾਂਦੇ ਆ ਪੁਆਦੀ ਦੇ ਵਿੱਚ অপਸ਼ਨ ਨੰਬਰ 1 ਦਾ রাইਟ ਆਨਸਰ ਨੈਕਸਟ ਹਾਂਜੀ ਅਗਲਾ ਪ੍ਰਸ਼ਨ ਪੰਜਾਬੀ ਦੀ ਕਿਹੜੀ ਉਪਭਾਸ਼ਾ ਵਿੱਚ ਵਿਅੰਜਨ ਲੋਪ ਤੇ ਵਿਅੰਜਨ ਆਰਾਮ ਦੀ ਸੂਚੀ ਮਿਲਦੀ ਆ ਹਾਂਜੀ ਪੰਜਾਬੀ ਦੀ ਕਿਹੜੀ ਉਪਭਾਸ਼ਾ ਜਿਸ ਦੇ ਵਿੱਚ ਵਿਅੰਜਨ ਲੋਪ ਤੇ ਵਿਅੰਜਨ ਆਰਾਮ ਦੀ ਸੂਚੀ ਮਿਲਦੀ ਆ ਮਾਜੀ ਦੇ ਵਿੱਚ অপਸ਼ਨ ਨੰਬਰ 1 ਦਾ রাইਟ ਆਨਸਰ ਨੈਕਸਟ ਕੁਐਸ਼ਨ ਪੰਜਾਬੀ ਯੂਨੀਵਰਸਿਟੀ ਹਾਂਜੀ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਉਪਭਾਸ਼ਾਵਾਂ ਦੀ ਐਟਲਸ ਵਿੱਚ ਪੰਜਾਬ ਦੀਆਂ ਕਿੰਨੀਆਂ ਉਪਭਾਸ਼ਾਵਾਂ ਦੀ ਖੋਜ ਕੀਤੀ ਹੈ ਵੈਰੀ ਇੰਪੋਰਟੈਂਟ 31 ਉਪਭਾਸ਼ਾਵਾਂ ਦੀ ਖੋਜ ਕੀਤੀ ਪੰਜਾਬੀ ਯੂਨੀਵਰਸਿਟੀ ਨੇ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਇਹਨਾਂ ਵਿੱਚੋਂ ਕਿਹੜੀ ਪੁਆਦੀ ਦੀ ਸਹਾਇਕ ਕਿਰਿਆ ਨਹੀਂ ਹੈ ਹਾਂਜੀ ਪੁਆਦੀ ਦੀ ਸਹਾਇਕ ਕਿਰਿਆ ਨਹੀਂ ਹੈ ਸਸਾ ਆਪਸ਼ਨ ਨੰਬਰ ਸਸਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਿਹੜੇ ਸਮੇਂ ਨੂੰ ਸਤਾਵੰਦੀ ਨਾਟਕ ਦਾ ਸਮਾਂ ਕਿਹਾ ਜਾਂਦਾ ਹੈ ਹਾਂਜੀ ਸਤਾਵੰਦੀ ਨਾਟਕ ਦਾ ਸਮਾਂ ਕਿਹਾ ਜਾਂਦਾ ਹੈ 1966 ਤੋਂ 1975 ਤੱਕ ਦੇ ਸਮੇਂ ਨੂੰ ਆਪਸ਼ਨ ਨੰਬਰ 6 ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਮਲਵਈ ਵਿੱਚ ਵਾਵਾ ਧੁਨੀ ਦਾ ਉਚਾਰਨ ਕੀਤਾ ਜਾਂਦਾ ਹੈ ਹਾਂਜੀ ਇੱਥੇ ਵਾਵਾ ਹੈ ਠੀਕ ਹੈ ਮਲਵਈ ਦੇ ਵਿੱਚ ਵਾਵਾ ਧੁਨੀ ਦਾ ਉਚਾਰਨ ਕੀਤਾ ਜਾਂਦਾ ਹੈ ਬੱਬਾ ਆਪਸ਼ਨ ਸੌਰੀ ਹਾਂਜੀ ਬੱਬਾ অপশন নাম্বার ই ইজ দা রাইট आंसर ਮਲਵਈ ਦੇ ਵਿੱਚ ਵਾਵਾ ਤੁਰੀ ਦਾ ਉਚਾਰਨ ਬੱਬਾ ਕੀਤਾ ਜਾਂਦਾ ਹੈ ਨੈਕਸਟ ਹਾਂਜੀ ਅਗਲਾ ਪ੍ਰਸ਼ਨ ਆ ਪੰਜਾਬੀ ਵਿੱਚ ਕਿਸ ਦੀ ਵਰਤੋਂ ਸਮੇ ਬਲ ਦਿੱਤਾ ਜਾਂਦਾ ਹੈ ਹਾਂਜੀ ਪੰਜਾਬੀ ਵਿੱਚ ਅੱਦਕ ਦੀ ਵਰਤੋਂ ਸਮੇ ਬਲ ਦਿੱਤਾ ਜਾਂਦਾ ਹੈ অপশন ਨੰਬਰ ਆੜਾ ਇਜ਼ ਦਾ রাইট ਆਨਸਰ ਠੀਕ ਹੈ ਜੀ ਸੌਰੀ ਇੱਥੇ ਬਾਈ ਮਿਸਟੇਕ ਈਡੀ ਲਿਖਿਆ ਆਈ ਠੀਕ ਹੈ ਇਸ ਵੱਲ ਧਿਆਨ ਨਹੀਂ ਦੇਣਾ ਅਧਿਕ ਦੀਸ ਅਪ ਜਦੋਂ ਅਧਿਕ ਹੁੰਦੇ ਆ ਪੈਂਦਾ ਵਾ ਤੁਹਾਨੂੰ ਪਤਾ ਹੈ ਉਹਦੇ ਥੋੜਾ ਅਸੀਂ ਦੁਆਪਾ ਕੇ ਬੋਲਦੇ ਆ ਠੀਕ ਹੈ ਹਾਂਜੀ ਨੈਕਸਟ ਤੁਹਾਨੂੰ ਦੀ ਥਾਂ ਤੁਹਾਨੂੰ ਹਾਂਜੀ ਤੁਹਾਨੂੰ ਦੀ ਥਾਂ ਤੁਹਾਨੂੰ ਤੁਹਾਡੀ ਦੀ ਥਾਂ ਥੋਡੀ ਲਿਆਂਦਾ ਦੀ ਥਾਂ ਲਿਆਮਾ ਤੇ ਤੀਵੀਂ ਦੀ ਥਾਂ ਤੀਵੀ ਤੀਵੀ ਦੀ ਥਾਂ ਤੀਵੀ ਬੋਲਦੇ ਹਨ ਹਾਂਜੀ ਕਿਹੜੀ ਭਾਸ਼ਾ ਦੇ ਵਿੱਚ ਬੋਲਦੇ ਆ ਮਲਵਈ ਦੇ ਵਿੱਚ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਨੈਕਸਟ ਹਾਂਜੀ ਅਗਲਾ ਪ੍ਰਸ਼ਨ ਆ ਇਹਨਾਂ ਵਿੱਚੋਂ ਕਿਹੜੀ ਉਪਭਾਸ਼ਾ ਭਾਰਤੀ ਪੰਜਾਬ ਵਿੱਚ ਨਹੀਂ ਬੋਲੀ ਜਾਂਦੀ ਹਾਂਜੀ ਭਾਰਤੀ ਪੰਜਾਬ ਦੇ ਵਿੱਚ ਪੋਠੋਹਾਰੀ ਨਹੀਂ ਬੋਲੀ ਜਾਂਦੀ ਆਪਸ਼ਨ ਨੰਬਰ ੜਾ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਪੰਜਾਬੀ ਭਾਸ਼ਾਈ ਖੇਤਰਾਂ ਨੂੰ ਉਹਨਾਂ ਦੀਆਂ ਉਪਭਾਸ਼ਾਵਾਂ ਨਾਲ ਸਹੀ ਕਰਮ ਵਿੱਚ ਜੋੜੋ ਹਾਂਜੀ ਪੰਜਾਬੀ ਭਾਸ਼ਾਈ ਖੇਤਰਾਂ ਉਹਨਾਂ ਨੂੰ ਉਹਨਾਂ ਦੀਆਂ ਉਪਭਾਸ਼ਾਵਾਂ ਨਾਲ ਅਸੀਂ ਜੋੜਨਾ ਜਿਵੇਂ ਚੜ੍ਹਦੇ ਪੰਜਾਬ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਆ ਹਾਂਜੀ ਚੜ੍ਹਦੇ ਪੰਜਾਬ ਦੇ ਵਿੱਚ ਮਾਜੀ ਮੁਲਵਈ ਦੁਆਬੀ ਤੇ ਪੁਆਦੀ ਬੋਲੀ ਜਾਂਦੀ ਆ ਠੀਕ ਹੈ ਜਾਨੀ ਕਿ ਦੋ ਨਾਲ ਮਿਲ ਜਾਣਾ ਇਹਨੇ ਉਸ ਤੋਂ ਬਾਅਦ ਲੈਂਦੇ ਪੰਜਾਬ ਜਾਨੀ ਕਿ ਪਾਕਿਸਤਾਨ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਆ ਤਾਂ ਇਸ ਦੇ ਵਿੱਚ ਮੁਲਤਾਨੀ ਕੋਠੋਹਾਰੀ ਅਤੇ ਚਾਂਗੀ ਬੋਲੀ ਜਾਂਦੀ ਆ ਤੇ ਪਹਾੜੀ ਪੰਜਾਬੀ ਖੇਤਰ ਦੇ ਵਿੱਚ ਡੋਗਰੀ ਪੁਨਸ਼ੀ ਕਾਂਗੜੀ ਤੇ ਪਟਿਆਲੀ ਬੋਲੀ ਜਾਂਦੀ ਹੈ ਯਾਨੀ ਕਿ ਇਸ ਦਾ ਰਾਈਟ ਆਨਸਰ ਕੀ ਹੈ 2 3 ਤੇ 1 ਆਪਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਹਾਂਜੀ ਅੱਗੇ ਕਰਦੇ ਹਾਂ ਅਸੀਂ ਪੰਜ ਖੰਡਾਂ ਦਾ ਜ਼ਿਕਰ ਕਿਸ ਬਾਣੀ ਵਿੱਚ ਮਿਲਦਾ ਹੈ ਹਾਂਜੀ ਪੰਜ ਖੰਡਾਂ ਦਾ ਜ਼ਿਕਰ ਜਪਜੀ ਸਾਹਿਬ ਦੇ ਵਿੱਚ ਮਿਲਦਾ ਹੈ ਆਪਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਹਾਂਜੀ ਅਗਲਾ ਪ੍ਰਸ਼ਨ ਕਰਦੇ ਹਾਂ ਅਸੀਂ ਸਿੱਖ ਅਰਦਾਸ ਦੇ ਪਹਿਲੇ ਬੋਲ ਪ੍ਰਿਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਕਿਸ ਬਾਣੀ ਵਿੱਚੋਂ ਲਏ ਗਏ ਹਨ ਹਾਂਜੀ ਇਹ ਦਸਮ ਗ੍ਰੰਥ ਦੇ ਵਿੱਚੋਂ ਲਏ ਗਏ ਆ ਆਪਸ਼ਨ ਨੰਬਰ ਡਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਿਸ ਕਵੀ ਨੂੰ ਪੰਜਾਬੀ ਕਵਿਤਾ ਦਾ ਚੌਸਰ ਕਿਹਾ ਜਾਂਦਾ ਹੈ ਹਾਂਜੀ ਪੰਜਾਬੀ ਕਵਿਤਾ ਦਾ ਚੌਸਰ ਕਿਹਾ ਜਾਂਦਾ ਹੈ ਬਾਬਾ ਫਰੀਦ ਨੂੰ ਆਪਸ਼ਨ ਨੰਬਰ ਡਾ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ ਬ੍ਰਹਮੀ ਬ੍ਰਹਿਮ ਗਿਆਨੀ ਸੰਤ ਸਤਪੁਰਖ ਨਿੱਧਕ ਆਦ ਸੰਕਲਪ ਕਿਸ ਬਾਣੀ ਵਿੱਚ ਮਿਲਦੇ ਹਨ ਹਾਂਜੀ ਇਹ ਸੁਖਮਣੀ ਸਾਈਬ ਬਾਣੀ ਦੇ ਵਿੱਚ ਮਿਲਦੇ ਆ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਸੌਰੀ ਸੁਖਮਣੀ ਸਾਈਬ ਬੋਲਣਾ ਸੀ ਸੱਸਾ ਠੀਕ ਹੈ ਕਿਹੜੇ ਸ਼ਬਦ ਤੁਸੀਂ ਅਕਸਰ ਸੁਨੇ ਹੋਣੇ ਆ ਬ੍ਰਹਮ ਗਿਆਨੀ ਸੰਤ ਸਤਪੁਰਖ ਨਿੰਦਕ ਹਾਂਜੀ ਨੈਕਸਟ ਕੁਐਸ਼ਨ ਮਹਾ ਪ੍ਰਾਣ ਧੁਨੀ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਮਹਾ ਪ੍ਰਾਣ ਧੁਨੀ ਕਿਹੜੀ ਨਹੀਂਗੀ ਆਪਸ਼ਨ ਨੰਬਰ ਆੜਾ ਹਾ ਹਾ ਨਹੀਂਗੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਕਰਦੇ ਆਂ ਅਸੀਂ ਦੰਤ ਧੁਨੀਆ ਵਿੱਚ ਸ਼ਾਮਿਲ ਨਹੀਂ ਹੈ ਹਾਂਜੀ ਦੰਤ ਧੁਨੀਆ ਦੇ ਵਿੱਚ ਕਿਹੜਾ ਸ਼ਾਮਿਲ ਨਹੀਂਗਾ ਦੰਤ ਧੁਨੀ ਕਿਹੜੀ ਹੁੰਦੀ ਹੈ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜਿਨ੍ਹਾਂ ਨੂੰ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਦੰਦਾਂ ਨਾਲ ਜੁੜ ਜੁੜ ਜਾਂਦਾ ਵਜੋਂ ਅਸੀਂ ਬੋਲਦੇ ਆ ਠੀਕ ਹੈ ਤਾਂ ਦੰਤ ਧੁਨੀ ਇਹਨਾਂ ਦੇ ਵਿੱਚੋਂ ਕਿਹੜੀ ਨਹੀਂਗੀ ਸ ਸ ਬੱਬਾ ਬੱਬੇ ਦੇ ਵਿੱਚ ਜਦੋਂ ਅਸੀਂ ਬੋਲਦੇ ਆ ਤਾਂ ਦੇਖੋ ਇੱਥੇ ਬੱਬਾ ਆਉਣਾ ਹੀ ਠੀਕ ਹੈ ਬੱਬਾ ਜਦੋਂ ਅਸੀਂ ਬੋਲਦੇ ਆ ਤਾਂ ਸਾਡੇ ਲਿਪਸ ਆਫਸ ਦੇ ਵਿੱਚ ਟੱਚ ਹੁੰਦੇ ਆ ਪਰ ਇਸ ਤੋਂ ਇਲਾਵਾ ਤੁਸੀਂ ਖਖਾ ਵੀ ਦੇਖ ਸਕਦੇ ਹੋ ਦੰਤੀ ਧੁਨੀਆਂ ਦੇ ਵਿੱਚ ਕੀ ਹੈ ਕਿ ਜੀਵ ਦੰਦਾਂ ਨਾਲ ਟੱਚ ਹੁੰਦੀ ਆ ਠੀਕ ਹੈ ਪਰ ਖਖਾ ਜਦੋਂ ਅਸੀਂ ਬੋਲਦੇ ਆ ਜੀਵ ਦੰਦਾਂ ਨਾਲ ਟੱਚ ਨਹੀਂ ਹੁੰਦੀ ਖਖਾ ਵੀ ਆ ਸਕਦਾ ਬੱਬਾ ਵੀ ਆ ਸਕਦਾ ਇਸ ਤੋਂ ਇਲਾਵਾ ਲੱਲਾ ਤੱਤਾ ਦੱਦਾ ਇਹਨੂੰ ਉਚਾਰ ਕੇ ਦੇਖ ਸਕਦੇ ਹੋ ਕਿ ਜੀਵ ਦੰਦਾਂ ਨਾਲ ਟੱਚ ਹੁੰਦੀ ਆ ਤਾਂ ਇਹ ਦੰਤੀ ਵਿਅੰਜਨ ਹਨ ਨੈਕਸਟ ਸੰਗੋਸ਼ ਮਹਾ ਪ੍ਰਾਣ ਵਿਅੰਜਨ ਹਨ ਹਾਂਜੀ ਸੰਗੋਸ਼ ਮਹਾ ਪ੍ਰਾਣ ਵਿਅੰਜਨ ਕਿਹੜੇ ਆ ਬੱਬਾ ਦੱਦਾ ਡੱਡਾ ਜਿੱਜਾ ਆਪਸ਼ਨ ਨੰਬਰ 7 ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ ਮੁਹਾਰਨੀ ਦਾ ਸਹੀ ਕਰਮ ਹੈ ਹਾਂਜੀ ਮੁਹਾਰਨੀ ਦਾ ਸਹੀ ਕਰਮ ਕੀ ਆ ਆੜਾ ਆੜੇ ਕੰਨਾ ਈੜੀ ਵਿਹਾਰੀ ਈੜੀ ਸਿਹਾਰੀ ਈੜੀ ਲਾਮਾਂ ਆੜੇ ਧਲਾਮਾ ਊੜੇ ਔਕੜ ਊਰੇ ਊੜੇ ਦੁਲੈਂਕੜ ਊੜੇ ਹੋੜਾ ਤੇ ਆੜੇ ਕਨੌੜਾ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਸੰਗੋਸ਼ ਅਲਪ ਪ੍ਰਾਣ ਵਿਅੰਜਨ ਹਨ ਹਾਂਜੀ ਸੰਗੋਸ਼ ਅਲਪ ਪ੍ਰਾਣ ਵਿਅੰਜਨ ਕਿਹੜੇ ਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆ ਇਸੇ ਵੀਡੀਓ ਦੇ ਵਿੱਚ ਛਿਛਾ ਠਠਾ ਖਖਾ ਫਫਾ ਆਪਸ਼ਨ ਨੰਬਰ ਈ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਪੰਜਾਬੀ ਵਿੱਚ ਕਿਹੜੀ ਧੁਨੀ ਸ਼ਬਦ ਦੇ ਅੰਤੇ ਉੱਪਰ ਨਹੀਂ ਆਉਂਦੀ ਹਾਂਜੀ ਪੰਜਾਬੀ ਵਿੱਚ ਕਿਹੜੀ ਧੁਨੀ ਆ ਜਿਹੜੀ ਸ਼ਬਦ ਦੇ ਅੰਤੇ ਉੱਪਰ ਨਹੀਂ ਆਉਂਦੀ ਲਘੂ ਸਵਰ ਆਪਸ਼ਨ ਨੰਬਰ ਸਾ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਰਦੇ ਆ ਜੀ ਅਸੀਂ ਪੰਜਾਬੀ ਦੇ ਉਲਟ ਜੀਬੀ ਵਿਅੰਜਨ ਹਨ ਪੰਜਾਬੀ ਦੇ ਉਲਟ ਜੀਵੀ ਵਿਅੰਜਨ ਹਨ ਟੈਂਕਾ ਠੱਠਾ ਡੱਡਾ ਹਾਂਜੀ ਅਗਲਾ ਪ੍ਰਸ਼ਨ ਹੇਠ ਲਿਖਿਆਂ ਦਾ ਸਹੀ ਕਰਮ ਹੈ ਹਾਂਜੀ ਇਹਨਾਂ ਦੇ ਵਿੱਚੋਂ ਸਹੀ ਕਰਮ ਦੇਖੋ ਕਿਹੜਾ ਵਾ ਵੈਦਿਕ ਸੰਸਕ੍ਰਿਤ ਲੋਕਿਕ ਸੰਸਕ੍ਰਿਤ ਅਪਰਸ ਪੰਜਾਬੀ ਆਪਸ਼ਨ ਨੰਬਰ 8 ਆਈਜ਼ਾ ਰਾਈਟ ਆਨਸਰ ਠੀਕ ਹੈ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ